ਹਾਂਜੀ ਵੀ ਦੋਸਤੋ, ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ। ਆਪਾਂ ਸਹੇਲੀ ਬਾਈ ਜੀ ਟਰਾਲਾ ਲੈ ਕੇ ਆਏ ਹਾਂ, 16x7 ਦਾ ਡਬਲ ਜੈਕ ਟਰਾਲਾ। ਇਹ ਕਿੱਥੇ ਖੜ੍ਹਾ, ਕੀ ਰੇਟ ਹੈ, ਕਿੰਨੇ, ਜੋ ਵੀ ਡਿਟੇਲ ਹੈਗੀ ਬਾਕੀ ਇਹਦੀ, ਆਪਾਂ ਉਹ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ। ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਵੱਧ ਤੋਂ ਵੱਧ ਫੇਸਬੁੱਕ ਗਰੁੱਪਾਂ ਦੇ ਵਿੱਚ ਜੀ। ਆਪਾਂ ਹਰ ਰੋਜ਼ ਬਾਈ ਜੀ ਨਵੀਆਂ ਤੋਂ ਨਵੀਆਂ ਵੀਡੀਓਜ਼ ਚੈਨਲ 'ਤੇ ਲੈ ਕੇ ਆਉਂਦੇ ਰਹਿੰਦੇ ਹਾਂ। ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੇ ਭਰਾ ਵੀਡੀਓ ਆਪਣੀ ਯੂਟਿਊਬ 'ਤੇ ਦੇਖ ਰਹੇ ਨੇ, ਸਬਸਕ੍ਰਾਈਬ ਕਰ ਲਿਓ ਚੈਨਲ ਨੂੰ। ਫੇਸਬੁੱਕ ਵਾਲੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ। ਨੰਬਰ ਆਪਣੇ ਚੈਨਲ ਦਾ ਸਕਰੀਨ 'ਤੇ ਚੱਲ ਰਿਹਾ ਹੈ, ਇਸ ਨੰਬਰ 'ਤੇ ਤੁਸੀਂ ਆਪਣੇ ਸਾਥ ਦੀਆਂ 5-7 ਫੋਟੋਆਂ ਅਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਜੀ। ਹੁਣ ਆਪਾਂ ਗੱਲ ਕਰਾਂਗੇ ਇਸ ਟਰਾਲੇ ਬਾਰੇ। ਇਹ ਟਰਾਲਾ ਬਾਈ ਜੀ 16 ਫੁੱਟ ਲੰਬਾ ਹੈ, 7 ਫੁੱਟਾ ਚੌੜਾ ਟਰਾਲਾ ਹੈ। ਡਬਲ ਜੈਕ ਹੈ, ਮੱਛੀ ਹੁੱਕ ਲੱਗੀ ਹੋਈ ਹੈ ਟਰਾਲੇ ਨੂੰ, ਰੇਲ ਦਾ ਹਿੱਸਾ ਹੈ ਜੀ, 10 ਨਟੀ ਹੱਬ ਹੈ ਅਤੇ 10 ਇੰਚੀ ਚਾਸੀ ਹੈ ਬਾਈ ਜੀ। 3-3 ਫੁੱਟ ਵਿੱਢ ਨੇਗੇ ਜੀ, ਵਿੱਢਾਂ 'ਤੇ ਜਾਲੀ ਵਗੈਰਾ ਲੱਗੀ ਹੋਈ ਹੈ ਪ੍ਰੋਪਰ। ਡਬਲ ਟਾਇਰ ਹੈ ਅਤੇ ਡਬਲ ਜੈਕ ਹੈ ਇਹ ਟਰਾਲਾ, ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ। ਮੱਛੀ ਹੁੱਕ ਹੈ, 4 mm ਮੋਟਾ ਫਰਸ਼ ਲੱਗਿਆ ਹੋਇਆ ਜੀ, 10 ਨਟੀ ਹੱਬ ਹੈ, ਰੇਲ ਦਾ ਹਿੱਸਾ। ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਬਾਈ ਜੀ ਟਰਾਲੇ ਦਾ ਰੇਟ ਰੱਖਿਆ ਗਿਆ 2,98,000 ਰੁਪਈਆ। ਰੇਟ ਮੌਕੇ 'ਤੇ ਘੱਟ ਹੋ ਜੂਗਾ ਜੀ, ਕੋਈ ਫਿਕਸ ਨਹੀਂ ਰੇਟ। 16 ਫੁੱਟ ਲੰਬਾ, 7 ਫੁੱਟਾ ਚੌੜਾ, ਡਬਲ ਜੈਕ ਹੈ, ਡਬਲ ਟਾਇਰ ਹੈ, 70 ਕੁ ਪੈਸੇ ਟਾਇਰਾਂ ਦੀ ਕੰਡੀਸ਼ਨ ਹੈ। 2,98,000 ਰੁਪਈਆ ਇਸਦਾ ਰੇਟ ਰੱਖਿਆ ਗਿਆ ਵੀਰ ਵੱਲੋਂ। ਰੇਟ ਮੌਕੇ 'ਤੇ ਘੱਟ ਹੋ ਜੂਗਾ ਜੀ, ਕੋਈ ਫਿਕਸ ਨਹੀਂ ਰੇਟ। ਅਤੇ ਇਹ ਜਿਹੜਾ ਟਰਾਲਾ ਬਾਈ ਜੀ, ਇਹ ਮੋਗਾ ਏਰੀਆ ਦੇ ਵਿੱਚ ਸੇਲ ਲਈ ਹੈ। ਜੇ ਕਿਸੇ ਭਰਾ ਨੇ ਇਹ ਖਰੀਦਣਾ ਹੋਵੇ, ਮਾਲਕ ਵੀਰ ਦਾ ਫੋਨ ਨੰਬਰ ਜੀ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ, ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਜੀ। ਬਾਕੀ ਵੀਡੀਓ ਆਪਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ। ਵੀਡੀਓ ਦੇਖਣ ਦੇ ਲਈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਆਪਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਲਈ।